कोरोना काल तो बंद पए करतारपुर साहिब दे दर्शनां दे लई भारत सरकार ने लांघे खोल दिते हन। जिन्हां ने 2019 दे विच अप्लाई कीता सी ओह तां दर्शनां लई जा रहे हन, पर जिन्हां नवी रजिस्ट्रेशन करवाउणी आ अज दी वीडियो दे विच असीं उस दे बारे दसांगे। ਇਹ ਸਾਰੀ ਪ੍ਰਕਿਰਿਆ ਅਸੀਂ ਤੁਹਾਨੂੰ ਮੋਬਾਈਲ ਦੇ ਵਿੱਚ ਅਪਲਾਈ ਕਰਨੀ ਦੱਸਾਂਗੇ, ਇਸ ਦੇ ਵਿੱਚ ਕੀ ਦਸਤਾਵੇਜ਼ ਲੱਗਣੇ ਹਨ, ਇਸ ਦੀ ਕਿੰਨੀ ਫੀਸ ਵਾ, ਇਹ ਸਾਰੀ ਪ੍ਰਕਿਰਿਆ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਸੋ ਵੀਡੀਓ ਨੂੰ ਅੰਤ ਤੱਕ ਤੇ ਧਿਆਨ ਨਾਲ ਦੇਖਣਾ ਤਾਂ ਕਿ ਕੋਈ ਗੱਲ ਰਹਿ ਨਾ ਜਾਵੇ। ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਸਬਸਕ੍ਰਾਈਬ ਕਰੋ ਸਾਡੇ YouTube ਚੈਨਲ ਨੂੰ ਤੇ ਬੈਲ ਆਈਕਨ ਨੂੰ ਦਬਾ ਕੇ ਆਲ ਨੋਟੀਫਿਕੇਸ਼ਨ ਤੇ ਕਲਿੱਕ ਕਰ ਲੈਣਾ ਹੈ ਤਾਂ ਕਿ ਜੋ ਵੀ ਜਾਣਕਾਰੀ ਵਾਲੀ ਵੀਡੀਓ ਇਸ ਚੈਨਲ ਤੇ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਦੋਸਤੋ ਆ ਇੱਕ ਵੈਬਸਾਈਟ ਆ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ। ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਜਦੋਂ ਇਸ ਵੈਬਸਾਈਟ ਦੇ ਲਿੰਕ ਦੇ ਉੱਤੇ ਕਲਿੱਕ ਕਰੋਗੇ ਤਾਂ ਇਹ ਵੈਬਸਾਈਟ ਖੁੱਲ ਜਾਵੇਗੀ। ਇਸ ਦੇ ਵਿੱਚ ਆ ਦੇਖੋ ਆ ਰਿਹਾ ਵਾ ਅਪਲਾਈ ਆਨਲਾਈਨ, ਇਸ ਦੇ ਉੱਤੇ ਦੱਬ ਦੇਣਾ ਵਾ। ਜਦੋਂ ਇਸ ਦੇ ਉੱਤੇ ਦੱਬੋਗੇ ਤਾਂ ਤੁਹਾਨੂੰ ਕੈਟਾਗਰੀ ਸਿਲੈਕਟ ਕਰਨ ਲਈ ਕਵੇਗਾ। ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਵਾ ਤਾਂ ਤੁਸੀਂ ਇਸ ਦੇ ਉੱਤੇ ਦੱਬ ਦੇਣਾ ਵਾ। ਜੇ OCI ਕਾਰਡ ਹੋਲਡਰ ਹੋ ਜੇ ਤਾਂ ਇਹਦੇ ਉੱਤੇ ਦੱਬ ਦੇਣਾ ਵਾ ਤੇ ਕੰਟੀਨਿਊ ਕਰ ਦੇਣਾ ਵਾ। ਫਿਰ ਇੱਥੇ ਤੁਹਾਨੂੰ ਤਰੀਕ ਸਿਲੈਕਟ ਕਰਨੀ ਪਊਗੀ। ਤਰੀਕ ਤੁਸੀਂ ਕੈਲੰਡਰ ਦੀ ਹੈਲਪ ਦੇ ਨਾਲ ਸਿਲੈਕਟ ਕਰ ਲੈਣੀ ਆ, ਜਿਹੜੀ ਤਰੀਕ ਨੂੰ ਤੁਸੀਂ ਜਾਣਾ ਚਾਹੁੰਦੇ ਜੇ। ਉਸ ਤੋਂ ਬਾਅਦ ਤੁਹਾਨੂੰ ਸਲੋਟ ਆ ਜਾਣਗੇ ਉਸ ਤਰੀਕ ਦੇ, ਉਸ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਜਾਊਗਾ ਕਿ ਤੁਹਾਡੀ ਸੀਟ ਅਵੇਲੇਬਲ ਹੈਗੀ ਆ ਜਾਂ ਨਹੀਂ ਹੈਗੀ। ਜੇ ਅਵੇਲੇਬਲ ਵਾ ਜਿਹੜੀ ਤਰੀਕ ਤੇ ਤੁਸੀਂ ਜਾਣਾ ਚਾਹੁੰਦੇ ਜੇ ਉਹ ਤੇ ਜੈਸ ਕਰਕੇ ਕੰਟੀਨਿਊ ਕਰ ਦੇਣਾ ਵਾ। ਜਦੋਂ ਕੰਟੀਨਿਊ ਕਰ ਦੋਗੇ ਤਾਂ ਪਾਰਟ ਨੰਬਰ A ਆ ਗਿਆ। ਪਾਰਟ ਨੰਬਰ A ਦੇ ਵਿੱਚ ਪਾਸਪੋਰਟ ਦੀ ਟਾਈਪ ਭਰਨੀ ਆ। ਇਹ ਤੁਹਾਡੇ ਪਾਸਪੋਰਟ ਦੀ ਟਾਈਪ ਤੁਹਾਡੇ ਪਾਸਪੋਰਟ ਦੇ ਉੱਤੇ ਲਿਖੀ ਹੋਵੇਗੀ। ਜਿਹੜੇ ਵੀ ਟਾਈਪ ਦਾ ਤੁਹਾਡਾ ਪਾਸਪੋਰਟ ਆ ਉਹਦੇ ਉੱਤੇ ਦੱਬ ਦੇਣਾ ਵਾ। ਫਿਰ ਇੱਥੇ ਪਾਸਪੋਰਟ ਨੰਬਰ ਭਰ ਦੇਣਾ ਵਾ। ਫਿਰ ਇੱਥੇ ਡੇਟ ਆਫ ਇਸ਼ੂ, ਜਦੋਂ ਵੀ ਤੁਹਾਡਾ ਪਾਸਪੋਰਟ ਇਸ਼ੂ ਹੋਇਆ ਵਾ ਉਹ ਤਰੀਕ ਭਰ ਦੇਣੀ ਆ। ਇੱਥੇ ਐਕਸਪਾਇਰੀ ਡੇਟ, ਜਦੋਂ ਵੀ ਤੁਹਾਡੇ ਪਾਸਪੋਰਟ ਦੀ ਐਕਸਪਾਇਰੀ ਡੇਟ ਆ ਉਹ ਇੱਥੇ ਭਰ ਦੇਣੀ ਆ। ਇਹ ਸਾਰਾ ਕੁਝ ਤੁਸੀਂ ਕੈਲੰਡਰ ਦੀ ਹੈਲਪ ਦੇ ਨਾਲ ਭਰ ਸਕਦੇ ਜੇ। ਫਿਰ ਇੱਥੇ ਪਲੇਸ ਭਰਨਾ ਵਾ ਜਿੱਥੇ ਵੀ ਤੁਹਾਡਾ ਪਾਸਪੋਰਟ ਇਸ਼ੂ ਹੋਇਆ ਵਾ ਉਹ ਤੁਸੀਂ ਸਿਲੈਕਟ ਕਰ ਲੈਣਾ ਵਾ। ਫਿਰ ਇੱਥੇ ਗਿਵਨ ਨੇਮ, ਤੁਹਾਡਾ ਫਸਟ ਨੇਮ ਆਵੇਗਾ ਤੁਹਾਡੇ ਪਾਸਪੋਰਟ ਦਾ। ਸੁਰਨੇਮ ਦੇ ਵਿੱਚ ਤੁਸੀਂ ਆਪਣਾ ਲਾਸਟ ਨੇਮ ਭਰ ਦੇਣਾ ਵਾ। ਫਿਰ ਇੱਥੇ ਤੁਹਾਡੇ ਪਿਤਾ ਦਾ ਨਾਮ ਆ ਜਾਏਗਾ ਜੋ ਵੀ ਪਾਸਪੋਰਟ ਦੇ ਉੱਤੇ ਲਿਖਿਆ ਵਾ। ਫਿਰ ਇੱਥੇ ਤੁਸੀਂ ਆਪਣਾ ਜੈਂਡਰ ਸਿਲੈਕਟ ਕਰ ਲੈਣਾ ਤੇ ਆ ਕੈਪਚਾ ਭਰ ਦੇਣਾ ਵਾ। ਜਦੋਂ ਇਹ ਕੈਪਚਾ ਭਰ ਦੋਗੇ ਤੇ ਸੇਵ ਐਂਡ ਕੰਟੀਨਿਊ ਤੇ ਦੱਬ ਦੇਣਾ ਵਾ। ਜਦੋਂ ਸੇਵ ਐਂਡ ਕੰਟੀਨਿਊ ਤੇ ਦੱਬ ਦੋਗੇ ਡਾਟਾ ਜਿਹੜਾ ਵਾ ਉਹ ਸੇਵਡ ਸਕਸੈਸਫੁਲੀ ਹੋ ਜਾਏਗਾ। ਤੁਹਾਡੀ ਸਾਰੀ ਡਿਟੇਲ ਆ ਜਾਏਗੀ, ਤੁਹਾਨੂੰ ਇੱਕ ਟੈਂਪਰੇਰੀ ਫਾਈਲ ਨੰਬਰ ਦੇ ਦਿੱਤਾ ਜਾਵੇਗਾ। ਫਿਰ ਤੁਸੀਂ ਡੇਟ ਆਫ ਬਰਥ ਭਰਨਾ ਵਾ, ਆਪਣੀ ਜਨਮ ਤਰੀਕ ਭਰਨੀ ਹੈ ਕੈਲੰਡਰ ਦੀ ਹੈਲਪ ਦੇ ਨਾਲ। ਤੇ ਇੱਥੇ ਤੁਸੀਂ ਪਲੇਸ ਆਫ ਬਰਥ ਭਰ ਦੇਣਾ ਵਾ, ਜਿੱਥੇ ਵੀ ਤੁਹਾਡਾ ਜਨਮ ਹੋਇਆ ਵਾ ਜਿਹੜੇ ਵੀ ਸ਼ਹਿਰ ਦੇ ਵਿੱਚ ਉਹ ਭਰ ਦੇਣਾ ਵਾ। ਇੱਥੇ ਪਲੇਸ ਆਫ ਬਰਥ ਕੰਟਰੀ, ਜਿਹੜੇ ਵੀ ਦੇਸ਼ ਦੇ ਵਿੱਚ ਤੁਹਾਡਾ ਜਨਮ ਹੋਇਆ ਵਾ ਉਸ ਦੇਸ਼ ਦਾ ਨਾਮ ਭਰ ਦੇਣਾ ਵਾ, ਜਿਵੇਂ ਇੰਡੀਆ। ਫਿਰ ਇੱਥੇ ਤੁਹਾਡਾ ਐਡਰੈਸ ਲਾਈਨ 1, ਇਹਦੇ ਵਿੱਚ ਤੁਸੀਂ ਹਾਊਸ ਨੰਬਰ, ਮਕਾਨ ਨੰਬਰ, ਵਿਲੇਜ ਜਾਂ ਦਾਖਾਨਾ, ਆਪਣਾ ਪ੍ਰੋਪਰ ਐਡਰੈਸ ਭਰ ਦੇਣਾ ਵਾ। ਇੱਥੇ ਐਡਰੈਸ ਲਾਈਨ 2 ਦੇ ਵਿੱਚ ਆਪਣਾ ਬਲਾਕ ਜਾਂ ਏਰੀਆ ਭਰ ਦੇਣਾ ਵਾ। ਫਿਰ ਕੰਟਰੀ ਇੰਡੀਆ ਆ ਗਈ ਆ। ਫਿਰ ਇੱਥੇ ਸਟੇਟ ਤੁਸੀਂ ਸਿਲੈਕਟ ਕਰ ਲੈਣੀ ਹੈ ਜਿਹੜੀ ਵੀ ਤੁਹਾਨੂੰ ਪੈਂਦੀ ਹੈ, ਜਿਵੇਂ ਪੰਜਾਬ ਤੁਸੀਂ ਸਿਲੈਕਟ ਕਰ ਲੋਗੇ। ਫਿਰ ਇੱਥੇ ਜ਼ਿਲ੍ਹਾ ਸਿਲੈਕਟ ਕਰ ਲੈਣਾ ਵਾ ਜਿਹੜਾ ਵੀ ਤੁਹਾਡਾ ਹੈਗਾ ਵਾ। ਫਿਰ ਇੱਥੇ ਤੁਸੀਂ ਪਿੰਨ ਕੋਡ ਭਰ ਕੇ ਤੇ ਇਹਨੂੰ ਸੇਵ ਐਂਡ ਕੰਟੀਨਿਊ ਤੇ ਦੱਬ ਦੇਣਾ ਵਾ। ਜਦੋਂ ਸੇਵ ਐਂਡ ਕੰਟੀਨਿਊ ਤੇ ਦੱਬ ਦੋਗੇ ਤਾਂ ਪਾਰਟ B ਆ ਜਾਏਗਾ। ਇਸ ਦੇ ਵਿੱਚ ਆ ਪਹਿਲੇ ਨੰਬਰ ਤੇ ਪੁੱਛਿਆ ਵਾ ਕੀ ਤੁਸੀਂ ਇੰਡੀਆ ਦੇ ਵਸਨੀਕ ਜੇ, ਜੇ ਹੈਗੇ ਯੈਸ ਕਰ ਦੇਣਾ ਵਾ, ਨਹੀਂ ਤੇ ਨੋ ਕਰ ਦੇਣਾ ਵਾ। ਫਿਰ ਇੱਥੇ ਆਧਾਰ ਕਾਰਡ ਨੰਬਰ ਭਰ ਦੇਣਾ ਵਾ, ਜੇ ਤੁਹਾਡਾ ਆਧਾਰ ਕਾਰਡ ਨੰਬਰ ਹੈਗਾ ਵਾ ਤਾਂ ਭਰ ਦਿਓ। ਵੈਸੇ ਮੋਸਟਲੀ ਸਾਰਿਆਂ ਦਾ ਹੀ ਹੁੰਦਾ ਵਾ, ਵੈਸੇ ਇਸ ਦੀ ਲੋੜ ਵੀ ਨਹੀਂ ਆ ਕਿਉਂਕਿ ਇਹਦੇ ਉੱਤੇ ਲਾਲ ਤਾਰਾ ਨਹੀਂ ਆ ਰਿਹਾ। ਫਿਰ ਇੱਥੇ ਪੈਨ ਕਾਰਡ ਨੰਬਰ ਭਰ ਦੇਣਾ ਵਾ, ਜੇ ਤੁਹਾਡਾ ਹੈਗਾ ਵਾ ਤਾਂ ਤੁਸੀਂ ਭਰ ਸਕਦੇ ਜੇ। ਫਿਰ ਅੱਗੇ ਪ੍ਰੈਜੈਂਟ ਐਡਰੈਸ, ਪ੍ਰੈਜੈਂਟ ਐਡਰੈਸ ਜੇ ਤੁਹਾਡਾ ਸੇਮ ਆ ਉਸ ਐਡਰੈਸ ਨਾਲ ਜਿਹੜਾ ਤੁਸੀਂ ਪਹਿਲਾਂ ਭਰਿਆ ਸੀ ਤਾਂ ਇੱਥੇ ਜੈਸ ਦੇ ਡੱਬੇ ਦੇ ਉੱਤੇ ਦੱਬ ਦੇਣਾ ਵਾ, ਤੁਹਾਡਾ ਐਡਰੈਸ ਭਰਿਆ ਜਾਵੇਗਾ। ਜੇ ਨਹੀਂ ਸੇਮ ਤੇ ਇਸ ਨੂੰ ਛੱਡ ਕੇ ਤੇ ਆਪਣਾ ਪ੍ਰੈਜੈਂਟ ਐਡਰੈਸ ਭਰ ਸਕਦੇ ਜੀ। ਫਿਰ ਇੱਥੇ ਪੁਲਿਸ ਸਟੇਸ਼ਨ ਭਰ ਦੇਣਾ ਵਾ, ਜਿਹੜਾ ਵੀ ਤੁਹਾਨੂੰ ਥਾਣਾ ਪੈਂਦਾ ਵਾ ਉਸ ਦਾ ਨਾਮ ਲਿਖ ਦੇਣਾ ਵਾ। ਫਿਰ ਇੱਥੇ ਬਲੱਡ ਗਰੁੱਪ ਸਿਲੈਕਟ ਕਰ ਲੈਣਾ ਵਾ ਜਿਹੜਾ ਵੀ ਤੁਹਾਡਾ ਹੈਗਾ ਵਾ। ਫਿਰ ਇੱਥੇ ਈਮੇਲ ID ਦੇਣੀ ਆ। ਵੈਸੇ ਈਮੇਲ ID ਜ਼ਰੂਰੀ ਨਹੀਂ ਆ, ਪਰ ਜੇ ਤੁਸੀਂ ਦੇ ਦੋਗੇ ਤੁਹਾਡੀ ਈਮੇਲ ਤੇ ਇਸ ਫਾਰਮ ਦੀ ਗਤੀਵਿਧੀ ਨੂੰ ਦੱਸ ਦਿੱਤਾ ਜਾਵੇਗਾ। ਫਿਰ ਇੱਥੇ ਪ੍ਰਾਇਮਰੀ ਮੋਬਾਈਲ ਨੰਬਰ ਭਰਨਾ ਵਾ, ਤੁਸੀਂ ਆਪਣਾ ਮੋਬਾਈਲ ਨੰਬਰ ਦੇ ਦੇਣਾ ਵਾ।
ਇੱਥੇ ਜੇ ਤੁਹਾਡੇ ਕੋਲ ਹੋਰ ਵੀ ਮੋਬਾਈਲ ਨੰਬਰ ਹੈਗਾ ਵਾ ਤਾਂ ਉਹ ਭਰ ਸਕਦੇ ਜੇ ਐਮਰਜੈਂਸੀ ਦੇ ਲਈ। ਫਿਰ ਇੱਥੇ ਵਿਆਹ ਦੀ ਸਥਿਤੀ ਦੱਸਣੀ ਆ, ਇਸ ਦੇ ਵਿੱਚ ਦੱਸਣਾ ਵਾ ਤੁਸੀਂ ਵਿਆਹੇ ਜੇ ਜਾਂ ਅਨਵਿਆਹੇ ਜੇ। ਜੇ ਵਿਆਹੇ ਜੇ ਤਾਂ ਤੁਹਾਨੂੰ ਸਪਾਊਸ ਨੇਮ ਭਰਨਾ ਪਵੇਗਾ, ਮਤਲਬ ਕਿ ਆਪਣੀ ਘਰਵਾਲੀ ਦਾ ਨਾਮ ਭਰਨਾ ਪਵੇਗਾ ਜਾਂ ਘਰਵਾਲੇ ਦਾ, ਤੇ ਸਪਾਊਸ ਨੈਸ਼ਨੈਲਿਟੀ ਕਿੱਥੋਂ ਦੀ ਉਹਦੇ ਕੋਲ ਨੈਸ਼ਨੈਲਿਟੀ ਆ, ਜੇ ਇੰਡੀਆ ਦੀ ਆ ਤੇ ਇੰਡੀਆ ਭਰ ਦੇਣਾ ਵਾ, ਤੇ ਇੱਥੇ ਉਹਦਾ ਪਾਸਪੋਰਟ ਨੰਬਰ ਭਰ ਦੇਣਾ ਵਾ। ਫਿਰ ਇੱਥੇ ਪ੍ਰੋਫੈਸ਼ਨ, ਇਸ ਦੇ ਵਿੱਚ ਜੇ ਤੁਸੀਂ ਖੁਦ ਦਾ ਬਿਜ਼ਨਸ ਕਰਦੇ ਹੋ ਤੇ ਸੈਲਫ ਡੇ ਲਿਖ ਦੇਣਾ ਵਾ, ਜੇ ਤਨਖਾਹੀ ਹੈ ਜੇ ਤਾਂ ਇਸ ਸਰਕਲ ਦੇ ਉੱਤੇ ਦੱਬ ਦੇਣਾ ਵਾ। ਫਿਰ ਇੱਥੇ ਪੁੱਛਿਆ ਗਿਆ ਵਾ ਵੀ ਤੁਹਾਡਾ ਕੋਈ ਪਾਕਿਸਤਾਨ ਦੇ ਵਿੱਚ ਹੈਗਾ ਵਾ, ਜੇ ਹੈਗਾ ਤੇ ਯੈਸ ਕਰਕੇ ਉਸਦੀ ਡਿਟੇਲ ਭਰਨੀ ਪਵੇਗੀ, ਜੇ ਨਹੀਂ ਹੈਗਾ ਤੇ ਨੋ ਕਰ ਦੇਣਾ ਵਾ। ਤੇ ਇੱਥੇ ਪੁੱਛਿਆ ਗਿਆ ਵਾ ਕਿ ਤੁਸੀਂ ਪਹਿਲਾਂ ਹੀ ਪਾਕਿਸਤਾਨ ਗਏ ਹੋ, ਜੇ ਗਏ ਜੇ ਤੇ ਯੈਸ ਕਰਕੇ ਉਸਦੀ ਡਿਟੇਲ ਭਰਨੀ ਪਵੇਗੀ, ਜੇ ਨਹੀਂ ਗਏ ਤੇ ਨੋ ਕਰਕੇ ਸੇਵ ਐਂਡ ਕੰਟੀਨਿਊ ਤੇ ਦੱਬ ਦੇਣਾ ਵਾ। ਜਦੋਂ ਸੇਵ ਐਂਡ ਕੰਟੀਨਿਊ ਤੇ ਦੱਬੋਗੇ ਤੇ ਆ ਤੁਹਾਨੂੰ ਪੁੱਛਿਆ ਗਿਆ ਵਾ ਵੀ ਤੁਹਾਡੇ ਤੇ ਕੋਈ ਕ੍ਰਿਮੀਨਲ ਕੇਸ ਤੇ ਨਹੀਂ ਹੈਗਾ, ਜੇ ਹੈਗਾ ਵਾ ਤਾਂ ਯੈਸ ਕਰਕੇ ਉਸਦੀ ਡਿਟੇਲ ਭਰਨੀ ਪਵੇਗੀ, ਜੇ ਨਹੀਂ ਹੈਗਾ ਤੇ ਇਹਨਾਂ ਸਾਰਿਆਂ ਨੂੰ ਨੋ ਨੋ ਕਰਕੇ ਸੇਵ ਐਂਡ ਕੰਟੀਨਿਊ ਤੇ ਦੱਬ ਦੇਣਾ ਵਾ। ਫਿਰ ਇੱਥੇ ਆਈ ਅਗਰੀ ਦੇ ਡੱਬੇ ਦੇ ਦੱਬ ਕੇ ਇਸ ਨੂੰ ਸੇਵ ਐਂਡ ਕੰਟੀਨਿਊ ਤੇ ਦੱਬ ਦੇਣਾ ਵਾ। ਫਿਰ ਆ ਤੁਹਾਡੀ ਸਾਰੀ ਡਿਟੇਲ ਆ ਜਾਏਗੀ, ਇਸ ਨੂੰ ਤੁਸੀਂ ਉੱਤੇ ਥੱਲੇ ਕਰਕੇ ਦੇਖ ਲੈਣਾ ਵਾ ਵੀ ਇਹ ਡਿਟੇਲ ਸਹੀ ਭਰੀ ਗਈ ਆ। ਜੇ ਕੋਈ ਗਲਤੀ ਲੱਗਦੀ ਆ ਤੁਹਾਨੂੰ ਤਾਂ ਫਿਰ ਮੋਡੀਫਾਈ ਐਡਿਟ ਤੁਸੀਂ ਕਰ ਸਕਦੇ ਜੇ, ਤੇ ਜੇ ਸਾਰੀ ਡਿਟੇਲ ਸਹੀ ਆ ਤਾਂ ਸਬਮਿਟ ਐਂਡ ਪ੍ਰੋਸੀਡ ਫਾਰ ਅਪਲੋਡਿੰਗ ਫੋਟੋਗ੍ਰਾਫ ਐਂਡ ਪਾਸਪੋਰਟ, ਇਹਦੇ ਉੱਤੇ ਦੱਬ ਦੇਣਾ ਵਾ। ਜਦੋਂ ਇਸ ਦੇ ਉੱਤੇ ਦੱਬੋਗੇ ਤਾਂ ਤੁਹਾਨੂੰ ਇਹ ਕਹੇਗਾ ਵੀ ਤੁਸੀਂ ਇਸ ਨੂੰ ਸਬਮਿਟ ਕਰਨ ਤੋਂ ਬਾਅਦ ਚੇਂਜ ਨਹੀਂ ਕਰ ਸਕਦੇ, ਜੇ ਤੁਹਾਡੀ ਡਿਟੇਲ ਸਹੀ ਆ ਤਾਂ ਇਸ ਨੂੰ ਓਕੇ ਕਰ ਦੇਣਾ ਵਾ, ਜੇ ਨਹੀਂ ਸਹੀ ਤਾਂ ਕੈਂਸਲ ਕਰਕੇ ਸਹੀ ਡਿਟੇਲ ਭਰ ਲੈਣੀ ਆ। ਜੇ ਸਹੀ ਆ ਤੇ ਇਸ ਨੂੰ ਓਕੇ ਕਰ ਦੇਣਾ ਵਾ। ਜਦੋਂ ਓਕੇ ਕਰ ਦੋਗੇ ਤੇ ਤੁਹਾਨੂੰ ਇੱਕ ਫੋਟੋ ਅਪਲੋਡ ਕਰਨੀ ਪਵੇਗੀ ਜੋ 10 KB ਤੋਂ 300 KB ਤੱਕ ਹੋਣੀ ਚਾਹੀਦੀ ਆ। ਇੱਥੇ ਚੋਇਸ ਫਾਈਲ ਤੇ ਦੱਬ ਕੇ ਜਿੱਥੇ ਵੀ ਤੁਹਾਡੇ ਫੋਨ ਦੇ ਵਿੱਚ ਫੋਟੋ ਪਈ ਆ ਉਹ ਸਿਲੈਕਟ ਕਰ ਲੈਣੀ ਆ ਤੇ ਸੇਵ ਐਂਡ ਕੰਟੀਨਿਊ ਤੇ ਦੱਬ ਦੇਣਾ ਵਾ। ਫਿਰ ਤੁਸੀਂ ਸਕੈਨਰ ਦੀ ਹੈਲਪ ਦੇ ਨਾਲ ਪਾਸਪੋਰਟ ਦੇ ਪਹਿਲੇ ਪੇਜ ਦੀ ਤੇ ਐਡਰੈਸ ਵਾਲੇ ਪੇਜ ਦੀ PDF ਫਾਈਲ ਬਣਾ ਲੈਣੀ ਆ। ਇਹ ਫਾਈਲ ਤੁਸੀਂ ਵੱਖਰੀ ਵੱਖਰੀ ਬਣਾਉਣੀ ਆ। ਇੱਥੇ ਚੋਇਸ ਫਾਈਲ ਤੇ ਦੱਬ ਕੇ ਇੱਥੇ ਪਹਿਲੇ ਪੇਜ ਵਾਲੀ ਫਾਈਲ ਅਪਲੋਡ ਕਰ ਦੇਣੀ ਆ, ਇੱਥੇ ਚੋਇਸ ਫਾਈਲ ਤੇ ਦੱਬ ਕੇ ਐਡਰੈਸ ਵਾਲੇ ਪੇਜ ਵਾਲੀ PDF ਫਾਈਲ ਅਪਲੋਡ ਕਰ ਲੈਣੀ ਆ। ਇਸ PDF ਫਾਈਲ ਦਾ ਸਾਈਜ਼ 20 KB ਤੋਂ 500 KB ਹੋਣਾ ਚਾਹੀਦਾ ਵਾ। ਜਦੋਂ ਤੁਸੀਂ ਅਪਲੋਡ ਕਰ ਦੋਗੇ ਤਾਂ ਇਸ ਨੂੰ ਸਬਮਿਟ ਕਰ ਦੇਣਾ ਵਾ। ਜਦੋਂ ਤੁਸੀਂ ਸਬਮਿਟ ਕਰ ਦੋਗੇ ਤੇ ਆ ਦੇਖੋ ਤੁਹਾਡਾ ਰਜਿਸਟ੍ਰੇਸ਼ਨ ਕੰਪਲੀਟ ਹੋ ਗਿਆ ਵਾ ਸਕਸੈਸਫੁਲੀ। ਤੁਹਾਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਦੇ ਦਿੱਤਾ ਜਾਊਗਾ ਜਿਸ ਨੂੰ ਤੁਸੀਂ ਸਕਰੀਨ ਸ਼ਾਟ ਕਰਕੇ ਆਪਣੇ ਮੋਬਾਈਲ ਦੇ ਵਿੱਚ ਰੱਖ ਲੈਣਾ ਵਾ, ਤੇ ਇਸ ਰਜਿਸਟ੍ਰੇਸ਼ਨ ਫਾਰਮ ਦਾ ਪ੍ਰਿੰਟ ਕਢਾਉਣ ਦੇ ਲਈ ਤੁਸੀਂ ਕਲਿੱਕ ਹੇਅਰ ਟੂ ਪ੍ਰਿੰਟ ਰਜਿਸਟ੍ਰੇਸ਼ਨ ਫਾਰਮ ਤੇ ਦੱਬ ਦੇਣਾ ਵਾ। ਜਦੋਂ ਇਸ ਦੇ ਉੱਤੇ ਦੱਬੋਗੇ ਤਾਂ ਤੁਹਾਨੂੰ ਡਾਊਨਲੋਡ ਲਈ ਕਹੇਗਾ, ਡਾਊਨਲੋਡ ਤੇ ਦੱਬ ਦੋਗੇ ਤਾਂ ਤੁਹਾਡਾ ਫਾਰਮ ਡਾਊਨਲੋਡ ਹੋ ਜਾਏਗਾ। ਇਸ ਤੋਂ ਬਾਅਦ ਤੁਹਾਨੂੰ ਜਾਣ ਤੋਂ 4 ਦਿਨ ਪਹਿਲਾਂ ਕਾਲ ਆਵੇਗੀ ਤੇ ਤੁਹਾਨੂੰ ਦੱਸ ਦਿੱਤਾ ਜਾਵੇਗਾ। ਉਸ ਤੋਂ ਬਾਅਦ ਤੁਸੀਂ ਇਸ ਫਾਰਮ ਨੂੰ ਪ੍ਰਿੰਟ ਕਢਾ ਕੇ ਨਾਲ ਖੜਨਾ ਵਾ ਤੇ ਇੱਕ ਤੁਹਾਡਾ ਪਾਸਪੋਰਟ ਨਾਲ ਖੜਨਾ ਵਾ, ਇੱਕ ਤੁਸੀਂ ਜਿਹੜੇ ਕੋਰੋਨਾ ਦੇ 2 ਟੀਕੇ ਲਗਵਾਏ ਆ ਉਹਨਾਂ ਦੇ ਦੋਵੇਂ ਸਰਟੀਫਿਕੇਟ ਨਾਲ ਖੜਨੇ ਆ, ਤੇ ਨਾਲ ਹੀ ਤੁਸੀਂ $20 ਖੜਨੇ ਆ ਜੋ ਤੁਹਾਨੂੰ 1500 ਰੁਪਏ ਦੇ ਪੈਣਗੇ। ਫਿਰ ਜਦੋਂ ਤੁਸੀਂ ਉੱਥੇ ਵਿਜ਼ਿਟ ਕਰੋਗੇ ਤੁਹਾਡੇ ਉਹ ਕਾਗਜ਼ ਚੈੱਕ ਕਰਨਗੇ ਤੇ ਫਿਰ ਤੁਹਾਨੂੰ ਉਹ ਇਜਾਜ਼ਤ ਦੇ ਦੇਣਗੇ ਵੀ ਤੁਸੀਂ ਕਿੰਨੇ ਚਿਰ ਲਈ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਜੇ। ਸੋ ਦੋਸਤੋ, ਇਸ ਤਰ੍ਹਾਂ ਤੁਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਰਜਿਸਟ੍ਰੇਸ਼ਨ ਕਰਾ ਸਕਦੇ ਜੇ। ਮੈਂ ਆਸ ਕਰਦਾ ਵਾਂ ਤੁਹਾਨੂੰ ਸਭ ਕੁਝ ਸਮਝ ਲੱਗ ਗਿਆ ਹੋਏਗਾ। ਜੇ ਫਿਰ ਵੀ ਸਮਝ ਨਹੀਂ ਲੱਗਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਜੇ। ਧੰਨਵਾਦ।